ਇਸ ਪੂਰੇ ਹਮਲੇ ਦੀ ਹਰ ਪਾਸਿਓਂ ਨਿਖੇਧੀ ਹੋ ਰਹੀ ਹੈ। ਪੰਜਾਬ ਦੀ ਸਿਆਸਤਦਾਨਾਂ ਵੀ ਲਗਾਤਾਰ ਇਸ ਹਮਲੇ ਦੀ ਨਿਖੇਧੀ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਪੀੜਤ ਪਰਿਵਾਰ ਨੇ ਪੂਰਾ ਦੇਸ਼ ਉਹਨਾਂ ਦੇ ਨਾਲ ਖੜਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਹੈ ਕਿ ਦਹਿਸ਼ਤਗਰਦਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਦਾ ਹੱਥ ਹੈ, ਪਾਕਿਸਤਾਨ ਗਲੋਬਲ ਟੈਰਰਿਸਟ ਆਰਗਨਾਈਜੇਸ਼ਨ ਹੈ। ਦੁਨੀਆ ਵਿੱਚ ਜੋ ਟੈਰਰਿਜ਼ਮ ਹੋ ਰਹੀ ਹੈ ਸਰ, ਪਾਕਿਸਤਾਨ ਦਾ ਹੱਥ ਹੁੰਦਾ ਹੈ। ਤੋ ਇਸ ਕਰਕੇ ਅਸੀਂ ਸਟਰੋਂਗ ਕੰਡੈਮ ਕਰਦਾ ਅਤੇ ਮੈਂ ਪ੍ਰਾਈਮ ਮਿਨਿਸਟਰ ਨੂੰ ਬੇਨਤੀ ਕਰਦਾ ਕੋਈ ਕੁਇਕ ਐਂਡ ਸਟਰੋਂਗ ਐਕਸ਼ਨ ਲਿੱਤਾ ਜਾਏ। ਦੁੱਖ ਆਉਂਦਾ ਉਹਦੀ ਸਟੇਟਮੈਂਟ ਸੁਣ ਕੇ। ਉਹਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਦੋਸਤ ਹੈ ਕਿ ਦੁਸ਼ਮਣ ਹੈ। ਬੜਾ ਦੁੱਖਦਾਇਕ ਜਿਹੜਾ ਹਮਲਾ ਹੋਇਆ, ਅੱਤਵਾਦੀ ਹਮਲਾ ਪੁਲਵਾਮਾ 'ਚ, ਸਾਡੇ 42 CRPF ਦੇ ਜਵਾਨ ਸ਼ਹੀਦ ਹੋਏ ਨੇ, 3 ਪੰਜਾਬ ਦੇ ਵੀ ਉਹਨਾਂ ਦੇ ਵਿੱਚ ਨੇ। ਸੋ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਹੜੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਔਰ ਸਾਡੀ ਹਿਫਾਜ਼ਤ ਲਈ ਆਪਣੀਆਂ ਹਿੱਕਾਂ ਢਾਹ ਕੇ ਬਾਰਡਰ 'ਤੇ ਲੜਦੇ ਨੇ, ਬਾਰਡਰ 'ਤੇ ਬੈਠੇ ਨੇ, ਪਹਿਰਾ ਦੇ ਰਹੇ ਨੇ। ਅਤੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ, ਜਿਨ੍ਹਾਂ ਨੇ ਇਹ ਕਾਇਰਾਨਾ ਹਮਲੇ ਕੀਤੇ ਨੇ, ਉਹਨਾਂ ਏਜੰਸੀਆਂ ਦੇ, ਉਹਨਾਂ ਦੁਸ਼ਮਣਾਂ ਦੇ ਮਨਸੂਬੇ ਜਿਹੜੇ ਨੇ, ਉਹ ਕਦੇ ਕਾਮਯਾਬ ਨਹੀਂ ਹੋਣਗੇ। ਇਹ ਰਾਜਨੀਤੀ ਤੋਂ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅਸੀਂ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ, ਸ਼ਰਧਾਂਜਲੀ ਦਿੰਦੇ ਹਾਂ। ਅੱਜ ਵੀ ਅਸੀਂ ਆਪਣਾ ਜਿਹੜਾ ਪਾਰਟੀ ਦੀ ਮੀਟਿੰਗ ਸੀ ਉਹ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਫਿਰ ਸ਼ੁਰੂ ਕੀਤੀ ਔਰ ਜਿਹੜੇ ਜ਼ਖਮੀ ਨੇ ਉਹਨਾਂ ਦੀ ਜਲਦੀ ਠੀਕ ਹੋਣ ਦੀ ਕਾਮਨਾ ਅਰਦਾਸ ਕਰਦੇ ਹਾਂ ਔਰ ਉਹਨਾਂ ਦੇ ਪਰਿਵਾਰਾਂ ਨਾਲ ਅਸੀਂ ਹਮਦਰਦੀ ਰੱਖਦੇ। ਮੈਂ ਜਾ ਕੇ ਵੀ ਆਊਂਗਾ, ਜਿੱਥੇ ਵੀ ਮੈਂ ਉਹਨਾਂ ਕੋਲ ਜਾ ਕੇ ਆਊਂਗਾ ਅਤੇ ਪਰਿਵਾਰਾਂ ਨੂੰ ਹੌਸਲਾ ਦੇਵਾਂਗੇ। ਉਹ ਹੁਣ ਇਕੱਲੇ ਇੱਕ ਪਰਿਵਾਰ ਦੇ ਨਹੀਂ, ਉਹ ਸਾਰੇ ਦੇਸ਼ ਦੇ ਸ਼ਹੀਦ।